ਦੇਖੋ ਗਿੱਦੜਵਾਹ ਵਿੱਚ ਕਿੱਦਾਂ ਲੋਕਡਾਊਨ ਦੇ ਚੱਲਦਿਆਂ ਅਕਾਲੀ ਦਲ ਦੇ ਆਗੂ ਲੋੜਵੰਦ ਪਰਿਵਾਰਾਂ ਨੂੰ ਕਰਵਾ ਰਹੇ ਨੇ ਰਾਸ਼ਨ ਮੁਹੱਈਆ, ਤਾਂ ਜੋ ਇਸ ਕਰਫਿਊ ਦੌਰਾਨ ਕਦੇ ਨਾ ਸੋਵੇ ਕੋਈ ਵੀ ਭੁੱਖਾ ਗਰੀਬ ਪਰਿਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਾਡੇ ਗਿੱਦੜਵਾਹ ਹਲਕੇ ਦੇ ਡਿੰਪੀ ਢਿੱਲੋਂ ਜੀ ਹਲਕਾ ਇੰਚਾਰਜ, ਬਾਈ ਚਰਨਜੀਤ ਸਿੰਘ ਜੀ ਲੋਹਾਰਾ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਕੋਟਲੀ ਕੋਠੇ ਕੇਸਰ ਸਿੰਘ ਵਾਲਾ, ਮੇਰੇ ਨਾਲ ਜਸਪਾਲ ਸਿੰਘ ਜੀ ਸਾਬਕਾ ਮੈਂਬਰ ਪੰਚਾਇਤ, ਮੌਜੂਦਾ ਮੈਂਬਰ ਪੰਚਾਇਤ, ਬਾਕੀ ਸਾਡੇ ਦਰਸ਼ਨ ਸਿੰਘ ਜੀ, ਹਜਿੰਦਰ ਸਿੰਘ ਜੀ, ਜਸਵੰਤ ਸਿੰਘ ਜੀ, ਸਾਰੇ ਇੱਥੇ ਨਾਲ ਮੇਰੇ ਜਸਿੰਦਰ ਸੋਥਾ ਸਾਹਿਬ, ਸਾਰਿਆਂ ਦੀ ਅਸੀਂ ਕੱਲ੍ਹ ਅਸੀਂ ਡਿਸਕਸ ਕਰ ਰਹੇ ਸੀ ਕਿ ਜਿਹੜੇ ਹਿਸਾਬ ਨਾਲ ਕਰੋਨਾ ਵਾਇਰਸ ਆਪਣੇ ਪੂਰੇ ਜਿਹੜਾ ਇੱਕ ਵੱਡੀ ਮਹਾਂਮਾਰੀ ਤੌਰ 'ਤੇ ਪੂਰੀ ਦੁਨੀਆ ਇਹਦੇ ਥੱਲੇ ਆ ਕੇ ਕੰਬ ਰਹੀ ਹੈ, ਸੋ ਕਿਉਂ ਨਾ ਅਸੀਂ ਸੋਚਿਆ ਕਿ ਆਪਾਂ ਜਿਹੜੇ ਨੇੜੇ ਦੇ ਆਪਣੇ ਘੱਟੋ ਘੱਟ 80 ਤੋਂ 90 ਪਰਿਵਾਰ ਜਿਹੜੇ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਆ, ਜਿਹੜੇ 80 ਨਾਲ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ, ਜੇ ਆਹ ਸਾਰਾ ਕਰਫਿਊ ਲੱਗਣ ਦੀ ਵਜ੍ਹਾ ਨਾਲ ਸਾਰਾ ਇੱਕ ਵਾਰੀ ਤੋਂ ਕੰਮ ਬੰਦ ਹੋ ਚੁੱਕਿਆ, ਅਤੇ ਉਹਨਾਂ ਦੇ ਘਰਾਂ 'ਚ ਜਿਹੜਾ 8 ਤੋਂ 10 ਦਿਨਾਂ ਦਾ ਰਾਸ਼ਨ ਪਹਿਲਾਂ ਹੁੰਦਾ ਗਾ, ਉਹ ਕਿਉਂਕਿ 22 ਤਰੀਕ ਦਾ ਕਰਫਿਊ ਲੱਗਿਆ ਹੋਇਆ, ਅੱਜ 29 ਤਰੀਕ ਹੋ ਗਈ ਹੈ, ਸੋ ਉਹ ਵੀ ਉਹਨਾਂ ਦਾ ਖਤਮ ਹੋ ਗਿਆ, ਅਤੇ ਸਾਨੂੰ ਉਹ ਸਾਰਿਆਂ ਨੂੰ ਪਰਸੋਂ ਚੌਥੇ ਦੇ ਫੋਨ ਕਰ ਰਹੇ ਸੀ ਕਿ ਜਿੰਨਾ ਕੁ ਹੋ ਸਕੇ, ਸੋ ਅਸੀਂ ਸਾਰਿਆਂ ਨੇ ਰਲ ਕੇ ਆਪਦੀ ਦਸਾਂ ਨਹੁੰਆਂ ਦੀ ਕਿਰਤ ਕਮਾਈ 'ਚੋਂ ਜਿੰਨਾ ਕੁ ਸਾਡੇ ਤੋਂ ਹੋ ਸਕਿਆ ਕੱਢ ਕੇ ਅਸੀਂ ਆਪਣੀ ਪੰਚਾਇਤ ਦੇ ਜਿੰਨੇ ਵੀ ਸਾਡੇ ਹੈਗੇ ਵਾਸੀ ਉਹਨਾਂ ਲਈ ਅਸੀਂ ਰਾਸ਼ਨ ਕੱਲ੍ਹ ਤੋਂ ਪੈਕ ਕਰ ਰਹੇ ਸੀਗੇ, ਅਤੇ ਅੱਜ ਅਸੀਂ ਘਰ ਘਰ ਜਾ ਕੇ ਸਾਰਿਆਂ ਨੂੰ ਅਸੀਂ ਵੰਡਾਂਗੇ, ਅਤੇ ਅਸੀਂ ਲੋਕਾਂ ਨੂੰ ਵੀ ਇਹੀ ਪਹਿਲਾਂ ਅਪੀਲ ਕੀਤੀ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਹੜਕੰਪ ਨਾ ਮਚਾਏ, ਕਰਫਿਊ ਦੀਆਂ ਜਿਹੜੀਆਂ ਹਦਾਇਤਾਂ ਸਰਕਾਰ ਵੱਲੋਂ ਲਾਗੂ ਕੀਤੀਆਂ ਹੋਈਆਂ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਅਸੀਂ ਸਾਰਾ ਅਸੀਂ ਆਹ ਮਾਸਕ ਪਾਇਆ ਗਾ, ਸਾਰਿਆਂ ਨੇ ਅਸੀਂ ਸੈਨੀਟਾਈਜ਼ਰ ਕੀਤਾ ਹੋਇਆ ਗਾ, ਹੁਣ ਕਰਫਿਊ ਦੀਆਂ ਹਦਾਇਤਾਂ ਦੇ ਅਨੁਸਾਰ ਰਹਿ ਕੇ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਰਾਸ਼ਨ ਦੇ ਕੇ ਆਵਾਂਗੇ, ਤਾਂ ਜੋ ਆਉਣ ਵਾਲੇ ਜਿਹੜੇ 14 ਤਰੀਕ ਤੱਕ ਜਿਹੜੇ ਉਹਨਾਂ ਦਾ ਘਰ ਉਹਨਾਂ ਦਾ ਚੁੱਲ੍ਹਾ ਜਲਦਾ ਰਹੇ, ਉਹਨਾਂ ਦੇ ਘਰ ਰੋਟੀ ਬਲਦੀ ਰਹੇ, ਜਿਹਦੇ ਵਿੱਚ ਆਟਾ ਦਾਲ ਜਿਹੜਾ ਹੋਰ ਜਿਹੜਾ ਘਰ ਦੀਆਂ ਲੋੜੀਂਦੀਆਂ ਸਮਾਨ ਹੈਗਾ ਉਹ ਅਸੀਂ ਸਾਰਾ ਪੈਕ ਕਰ ਰੱਖਿਆ ਗਾ, ਸੋ ਸਾਰਾ ਅਸੀਂ ਉਹਨਾਂ ਦੇ ਘਰਾਂ 'ਚ ਪਹੁੰਚਾ ਕੇ ਆਵਾਂਗੇ, ਅਤੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਹੋਰ NGO ਚੱਲ ਰਹੀਆਂ, ਚਾਹੇ ਉਹ ਸਰਕਾਰ ਦੀ ਪਾਰਟੀ ਨਾਲ ਸੰਬੰਧਿਤ ਹੈ, ਚਾਹੇ ਸਾਡੇ ਅਕਾਲੀ ਦਲ ਨਾਲ ਸੰਬੰਧਿਤ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਦਾ ਵਲੰਟੀਅਰ ਆਪਣੇ ਆਪ ਨੂੰ ਕਹਾਉਂਦਾ ਗਾ, ਸੋ ਉਹਨਾਂ ਨੌਜਵਾਨਾਂ ਨੂੰ ਵੀ ਸਾਡੀ ਇਹੀ ਅਪੀਲ ਹੈ ਕਿ ਫੇਸਬੁੱਕ ਦੇ ਉੱਤੇ ਇਕੱਲੇ ਵਿਦਵਾਨ ਬਣਨ ਨਾਲ ਨਹੀਂ ਮਸਲੇ ਹੱਲ ਹੁੰਦੇ ਗੇ, ਆਪਦੇ ਘੱਟੋ ਘੱਟ ਜੇ ਜ਼ਿਆਦਾਤਰ ਨਹੀਂ ਕਰ ਸਕਦੇ 5-7 ਜਿਹੜੇ ਉਹਨਾਂ ਦੇ ਘਰਾਂ ਦੇ ਨੇੜੇ ਦੇ ਪਰਿਵਾਰ SC ਪਰਿਵਾਰ ਸੰਬੰਧਿਤ ਹੈ, ਗਰੀਬ ਤਬਕੇ ਨਾਲ ਜੁੜੇ ਹੋਏ ਪਰਿਵਾਰ ਜਿਹੜੇ ਸੰਬੰਧਿਤ ਹੈ, ਘੱਟੋ ਘੱਟ ਆਪਾਂ ਇੰਨਾ ਕੁ ਤਾਂ ਇੱਕ ਘਰ ਆਪਣਾ ਉਹਨਾਂ ਦਾ ਸੋਚ ਹੀ ਸਕਦਾ, ਉਹਨਾਂ ਲਈ ਆਪਾਂ ਦਸਵੰਧ ਕੱਢ ਹੀ ਸਕਦੇ ਹਾਂ ਕਿ 5 ਤੋਂ ਇੱਕ ਬੰਦਾ ਵੀ ਸੋਚੇ ਕਿ 5 ਤੋਂ 10 ਪਰਿਵਾਰਾਂ ਨੂੰ ਮੈਂ 10 ਕੁ ਦਿਨਾਂ ਦਾ ਖਾਣਾ ਦੇ ਸਕਦਾ, ਤਾਂ ਇਹੀ ਸਾਡੀ ਸਾਰੇ ਸਾਡੇ ਇਲਾਕੇ ਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਉਹਨਾਂ ਲੋਕਾਂ ਜਿਹੜੇ ਭੁੱਖੇ ਲੋਕ ਹੈ ਉਹਨਾਂ ਦਾ ਢਿੱਡ ਜ਼ਰੂਰ ਭਰੋ, ਅਤੇ ਜਿਹੜੇ ਕੁਝ ਕਹਿ ਰਹੇ ਵੀ ਕੋਈ ਪਾਰਟੀਆਂ ਸਿਆਸਤ ਕਰ ਰਹੀਆਂ, ਇਹ ਸਾਰਾ ਸਿਆਸਤਬਾਜ਼ੀ ਤੋਂ ਉੱਪਰ ਉੱਠ ਕੇ ਹੈ, ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਪਰਿਵਾਰ ਹੈ ਚਾਹੇ ਉਹ ਕਿਸੇ ਨਾਲ ਸੰਬੰਧਿਤ, ਅਸੀਂ ਘਰ ਘਰ ਜਾ ਕੇ ਇਹ ਸਾਰਾ ਰਾਸ਼ਨ ਪਾਣੀ ਦੇ ਕੇ ਆਵਾਂਗੇ, ਸੋ ਬਹੁਤ ਬਹੁਤ ਧੰਨਵਾਦ, ਅਤੇ ਤੁਸੀਂ ਵੀ ਇਸ ਗੱਲ 'ਤੇ ਗੌਰ ਕਰੋ ਅਤੇ ਆਪਣੇ ਆਪਣੇ ਪਰਿਵਾਰਾਂ ਤੱਕ ਖਾਣਾ ਜ਼ਰੂਰ ਪਹੁੰਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਇਸ ਤਰ੍ਹਾਂ ਦੀਆਂ ਸਥਿਤੀਆਂ ਕੋਈ ਬਣ ਜਾਂਦੀਆਂ ਹੈਗੀਆਂ, ਦਿਵਤਾਵਾਂ ਪੈ ਜਾਂਦੀਆਂ, ਸੋ ਇਹ ਸਰਕਾਰ ਦੀ ਡਿਊਟੀ ਬਣਦੀ ਹੁੰਦੀ ਹੈ ਕਿ ਉਹ ਘਰ ਘਰ ਲੋਕਾਂ ਤੱਕ ਰਾਸ਼ਨ ਪਹੁੰਚਾਵੇ, ਲੋਕਾਂ ਦੀਆਂ ਜਿਹੜੀਆਂ ਦਿੱਕਤ ਹੈ, ਕੋਈ ਮੈਡੀਕਲ ਦੀ ਦਿੱਕਤ ਹੈ ਕਿਸੇ ਨੂੰ ਖੇਤਾਂ ਨਾਲ ਸੰਬੰਧਿਤ ਲੋਕ ਜੁੜੇ ਹੋਏ ਹੈ, ਪੱਠਾ ਨੀਰਾ ਲੈਣ ਜਾਣਾ ਹੁੰਦਾ ਲੋਕਾਂ ਨੇ,
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਖ਼ਤੀਆਂ ਕੀਤੀਆਂ ਹੋਈਆਂ ਪੁਲਿਸ ਨੇ ਉਹਨਾਂ ਨੂੰ ਥੋੜ੍ਹੀ ਬਹੁਤੀ ਢਿੱਲ ਦੇਣੀ ਚਾਹੀਦੀ ਹੈ। ਸਖ਼ਤੀ ਤਾਂ ਇੱਥੋਂ ਤੱਕ ਕੀਤੀ ਹੋਈ ਹੈ ਕਿ ਪੰਜਾਬ ਕਾਂਗਰਸ ਸਰਕਾਰ ਦੇ 15 MLA ਚੰਡੀਗੜ੍ਹ 'ਚ ਫਸੇ ਹੋਏ ਆ, ਉਹ ਆਪਣੇ ਘਰਾਂ 'ਚ ਨਹੀਂ ਆ ਸਕਦੇ, ਆਪਣੇ ਹਲਕੇ 'ਚ ਜੇ ਸਰਕਾਰ ਦੇ ਨੁਮਾਇੰਦੇ ਆਪਣੇ ਹਲਕੇ 'ਚ ਨਹੀਂ ਜਾ ਸਕਦੇ, ਆਪਣੇ ਲੋਕਾਂ ਚੁਣੇ ਹੋਏ ਨੁਮਾਇੰਦੇ ਲੋਕਾਂ ਤੱਕ ਨਹੀਂ ਪਹੁੰਚ ਸਕਦੇ, ਅਤੇ ਆਮ ਲੋਕ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ, ਕਿਸੇ ਹਾਰਟ ਦਾ ਮਰੀਜ਼ ਹੈ, ਕੋਈ BP ਦਾ ਮਰੀਜ਼ ਹੈ, ਕੋਈ ਸ਼ੂਗਰ ਦਾ ਮਰੀਜ਼ ਹੈ, ਉਹਨਾਂ ਨੂੰ ਜਿਹੜੀਆਂ ਮੈਡੀਸਨਸ ਦੀ ਲੋੜ ਹੈ। ਸੋ ਸਰਕਾਰ ਨੂੰ ਅਪੀਲ ਹੈ, DC ਸਾਹਿਬ ਨੂੰ ਅਪੀਲ ਹੈ ਕਿ ਇੱਕ ਇੱਕ ਪਿੰਡਾਂ ਦੇ ਵਿੱਚ ਜਿਹੜਾ ਕੋਈ ਮੈਡੀਕਲ ਹੈ, ਜਿਹੜੇ ਕੋਈ ਡਾਕਟਰ ਹੈ, ਇੱਕ ਇੱਕ ਮੈਡੀਕਲ ਰੋਜ਼ ਕੋਈ 2-4 ਘੰਟੇ ਸਰਕਾਰ ਖੋਲ੍ਹਿਆ ਕਰੇ, ਤਾਂ ਜੋ ਲੋਕਾਂ ਨੂੰ ਜਿਹੜੀ ਉਹਨਾਂ ਦੀਆਂ ਜਿਹੜੀਆਂ ਹੋਰ ਬਿਮਾਰੀਆਂ ਨੇ ਲੋਕਾਂ ਨੂੰ ਘੇਰਿਆ ਹੋਇਆ ਗਾ, ਉਹਨਾਂ ਲੋਕਾਂ ਤੋਂ ਲੋਕ ਨਿਜਾਤ ਪਾ ਸਕਣ। ਸੋ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਜਿਹੜੇ ਪਹਿਲਾਂ 15 MLA ਚੰਡੀਗੜ੍ਹ 'ਚ ਫਸੇ ਹੋਏ ਆ, ਉਹ ਵੀ ਆਪਣੇ ਹਲਕਿਆਂ ਦੇ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਚਾਲ ਜਾਣਨ, ਇਕੱਲਾ ਵੋਟਾਂ ਵੇਲੇ ਜਾਣਾ ਉਹਨਾਂ ਜ਼ਰੂਰੀ ਨਹੀਂ ਹੁੰਦਾ। ਸੋ ਧੰਨਵਾਦ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।